असलामुअलैकुम, क्या हाल है सारे का? आज सी पेपर एजुकेशन का। अच्छा, ते पेपर देन गया ते अगो मुड़े ही त्रै बिच आया पीटीआई का सवाल ਹੁਣ ਦੋ ਦਿਹਾੜਿਆਂ ਬਾਅਦ ਪੇਪਰ ਹੈ ਉਰਦੂ ਦਾ, ਤੇ ਉਰਦੂ ਦੀ ਅਜੇ ਤੱਕ ਬੁੱਕ ਵੀ ਨਹੀਂ ਤੱਕੀ ਹੈ। ਉਹਦਾ ਮਾਡਲ ਪੇਪਰ ਲੈਣਾ ਵਾ ਅੱਜ, ਤੇ ਹੁਣ ਜਾ ਰਹੇ ਹਾਂ ਘਰ, ਇੰਜੋਏ ਕਰ ਰਹੇ ਹਾਂ ਰੋਡਾਂ ਤੇ। ਆ ਰੋਡਾਂ ਤੇ ਦਲੀਲ ਹੋ ਰਹੇ ਹਾਂ ਕਿ ਕੋਈ ਅੱਲਾ ਗਰਮੀ ਬਹੁਤ ਹੈ ਭਾਈ ਜੀ, ਰੋਡਾ ਲੱਗੇ ਆ ਡਾੜਾ। ਕੋਈ ਅੱਲਾ ਦਾ ਪਿਆਰਾ ਰੋਦੇ ਦਾ ਇਫਤਾਰੀ ਦੇ ਜੇ। ਇਫਤਾਰੀ ਦਾ ਟਾਈਮ ਤੇ ਹੋਣਾ ਦੇ ਪਹਿਲਾਂ ਹੀ ਇਫਤਾਰੀ ਦੇ ਜੇਗਾ ਨਾ, ਸ਼ਾਮੀ ਕਰ ਲਾਂਗੇ ਨਾ, ਜਿਹੜਾ 2-3 ਹਜ਼ਾਰ ਦੇਣਾ ਆ। ਇਹ ਦਿਨ ਨੂੰ ਵੀ ਕਰ ਲਾਂਦੇ ਨੇ ਇਫਤਾਰੀ, ਦਿਹਾੜੀ ਵੀ ਚੱਲਦੀ ਹੈ ਸਰ ਅਫਤਾਰੀ। ਹੋਰ ਸਾਰੇ ਠੀਕ ਠਾਕ ਹੋ? ਗਰਮੀ ਬਹੁਤ ਹੋ ਗਈ ਹੈ ਭਾਈ ਜੀ। ਚੈਨਲ ਸਬਸਕ੍ਰਾਈਬ ਕਰ ਦਿਆ ਕਰੋ, ਇਹ ਤੁਹਾਡਾ ਕੀ ਜਾਂਦਾ, ਇੱਕ ਲਾਈਕ ਹੈ, ਇੱਕ ਕਮੈਂਟ ਹੈ, ਇੱਕ ਸਬਸਕ੍ਰਾਈਬ ਹੈ। ਤੁਸੀਂ ਮਰਨਾ ਤਾਂ ਨਹੀਂ, ਇੱਕ ਦੂਜੇ ਬੰਦੇ ਦਾ ਦਿਲ ਖੁਸ਼ ਕਰ ਛੱਡੋ, ਇੱਕ ਦੁਆ ਨਿਕਲ ਜਾਏਗੀ ਤੁਹਾਡੇ ਵਾਸਤੇ। ਦੁਆ ਦੇ, ਦੁਆ ਲਵੋ ਜ਼ਰਾ ਇਹਦੇ ਕੋਲ, ਦੁਆ ਲਵੋ ਇਹ ਰੋਜ਼ਿਆਂ ਦਾ ਮੁਫਤੀ ਸਾਹਿਬ ਕੋਲ, ਦੁਆ ਲਵੋ ਜ਼ਰਾ ਮੁਫਤੀ ਸਾਹਿਬ ਦੀ, ਦੁਆ ਲੱਗ ਵੀ ਜਾਂਦੀ ਹੈ ਕਿਸੇ ਕਿਸੇ ਟਾਈਮ। ਗਰਮੀ ਭਾਈ ਜੀ ਬੜੀ ਡਾਢੀ ਹੈ, ਬਿਲਕੁਲ ਡਾਢੀ ਹੈ, ਟੁਰ ਟੁਰ ਕੇ ਰੋਦਾ ਵੀ ਲੱਗ ਗਿਆ। ਇਹ ਸਾਡੇ ਬੜੇ ਚੰਗੇ ਯਾਰ ਨੇ, ਤੁਸੀਂ ਸ਼ਾਇਦ ਮਾਣਾ ਨਾ ਜਾਣਦੇ ਹੋ। ਇਹਨਾਂ ਨੂੰ ਇਹਨਾਂ ਨੂੰ ਤੁਸੀਂ ਜਾਣਦੇ ਹੋ, ਤੁਹਾਨੂੰ ਸਾਰਾ ਸ਼ਹਿਰ ਜਾਣਦਾ। ਨਹੀਂ ਸਾਨੂੰ ਨਹੀਂ ਜਾਣਦੇ ਹੋਣਾ, ਲੇਕਿਨ ਅਸੀਂ ਸ਼ਾਇਦ ਨਵੇਂ ਆਵਾਂ, ਤੁਹਾਨੂੰ ਬਸ ਇਹ ਚੈਨਲ ਸਬਸਕ੍ਰਾਈਬ ਕਰ ਦਿਓ। ਹਾਂ, ਚੈਨਲ ਸਬਸਕ੍ਰਾਈਬ ਕਰ। ਹੋਰ ਕੋਈ ਤੁਹਾਡੇ ਕੋਲ? ਹੁਣ ਅਸੀਂ ਚੱਲੇ ਹਾਂ ਘਰ ਵਾਲੀ ਸਾਈਡ, ਸਾਡੇ ਬੈਕ ਸਾਈਡ ਬਿਲਕੁਲ ਥਾਣਾ ਵਾ, ਜਿੱਦੇ ਸਾਨੂੰ ਡਰ ਲੱਗਦਾ ਪਿਆ ਕਿ ਪੁਲਿਸ ਵਾਲਾ ਇਸ਼ਾਰਾ ਹੀ ਨਾ ਕਰ ਛੱਡੇ। ਅਤੇ ਇਹ ਸਾਡੇ ਫੁਰਕਾਨ ਭਾਈ ਨੇ ਜਿਹੜੇ ਕਾਫੀ ਮਿਹਨਤ ਕਰਦੇ ਨੇ, ਅਤੇ ਬਹੁਤ ਮਜ਼ਾ ਆਉਂਦਾ। ਅਤੇ ਇਹ ਸਾਡੇ ਚਾਚੂ ਹੋਰੀ ਆਉਣ ਲੱਗੇ, ਚਾਚੂ ਹੋਰਾਂ ਨੂੰ ਵੀ ਰੋਦਾ ਲੱਗਿਆ, ਤੱਕੋ ਚਾਚੂ ਸਲਾਮ ਕਰ ਜੋ, ਬੰਦੇ ਤੱਕਣ ਲੱਗੇ ਤੁਹਾਨੂੰ। ਅਤੇ ਬੜੀ ਵਾਮ ਮਤਲਬ ਸਾਨੂੰ ਸਪੋਰਟ ਕਰਨੇ ਚਾਹੁੰਦੇ, ਪਰ ਜਿਹੜੇ ਤੁਸੀਂ ਤੱਕਦੇ ਹੋ ਤੁਸੀਂ ਵੀ ਸਪੋਰਟ ਕਰਦੇ, ਗੁਨਾਹ ਤਾਂ ਨਹੀਂ ਹੈ ਯਾਰ। ਇਹ ਤੱਕੋ ਸਾਡੇ ਮੰਨੋ, ਸਾਡੇ ਭਰਾ ਇਹ ਤੱਕੋ ਆ ਲੈਣਾ ਨੇ, ਇਹ ਬਹੁਤ ਪਿਆਰੀ ਜਗ੍ਹਾ ਤੱਕੋ, ਕਿਤਨੀ ਚੂਚੀ ਲੈਣਾ ਨੇ, ਗੱਡੀ ਢੱਠੀ ਤੇ ਗੱਡੀ ਢੱਠੀ ਦਾ ਪੂਰਾ। ਇਹ ਬਹੁਤ ਪਿਆਰੀ ਜਗ੍ਹਾ, ਬਹੁਤ ਪਿਆਰੀ ਜਗ੍ਹਾ, ਗੰਦ ਪਿਆ ਹੁੰਦਾ ਕੋਈ ਗੱਲ। ਇੰਗਲੈਂਡ ਦਾ ਬਰਮਿੰਗਮ ਸ਼ਹਿਰ ਹੈ, ਤੱਕੋ ਜ਼ਰਾ। ਬਿਲਕੁਲ ਬਰਮਿੰਗਮ ਸ਼ਹਿਰ ਹੈ, ਕੈਨੇਡਾ ਨਾਲ ਜੁੜਦਾ ਇਹਦੇ ਨਾਲ ਬਸ। ਕਿਆ ਸੀਨ ਹੈ, ਵਾਹ ਕਿਆ ਸੀਨ। ਤੇ ਹੋਰ ਮੇਰੇ ਭਰਾਵਾਂ ਸਾਰਿਆਂ ਦਾ ਖੈਰ ਖਰੀਅਤ ਹੈ ਨਾ, ਸਰਾਈ ਆਪ ਯਹਾਂ ਪੇ ਦੇਖ ਸਕਤੇ ਹੈ ਵੈਸੇ। ਤੋ ਅਭੀ ਹਮ ਉਰਦੂ ਸਟਾਰਟ ਕਰ ਲੈਂਦੇ ਹਾਂ ਫਿਲ ਵਕਤ, ਕਿਉਂਕਿ ਅਭੀ ਕੁਛ ਬੰਦੇ ਉਰਦੂ ਦੇਖ ਰਹੇ ਹੈਂ। ਉਰਦੂ, ਇੰਗਲਿਸ਼, ਪਸ਼ਤੋ, ਸਭ ਕੁਝ। ਇੰਗਲਿਸ਼ ਤੋਂ ਫਿਲਹਾਲ ਨਹੀਂ ਆਉਂਦੀ, ਚਲੋ ਉਸ ਕੀ ਵੀ ਕੁਛ ਟਾਈਮ ਕਰੇਂਗੇ। ਤੋ ਆਪਕੀ ਉਰਦੂ ਫਸ ਜਾਤੀ ਹੈ, ਆਪ ਉਰਦੂ ਮੇਰੀ ਉਰਦੂ ਫਸ ਜਾਤੀ ਹੈ, ਮੈਂ ਖੁਦ ਵੀ ਫਸਾ ਹੁੰਦਾ ਹੂੰ ਕਭੀ ਕਭੀ। ਯੂ ਮੋਮੈਂਟਸ ਲੇਟਰ, ਜਨਤ ਵਾਲੇ ਪਾਸੇ ਜਾਵੇਗਾ ਰੋਜ਼ਿਆਂ, ਜਿਹੜੇ ਇਹਦੇ ਕੰਮ ਨਾ ਉਹ ਜਨਤ ਵਾਲੇ ਨਹੀਂ ਹੈ। ਇਹ ਭਾਈ ਜੀ ਹੁਣ ਚੱਲੇ ਆ, ਸਾਡਾ ਇੱਕ ਹੋਰ ਯਾਰ ਹੈ ਸ਼ਬੀਰ ਖਾਨ, ਉਹ ਬੜੇ ਦਿਹਾੜੇ ਹੋ ਗਏ ਗਏ ਆ, ਅਸੀਂ ਤਾਂ ਅੱਜ ਉਹਨੂੰ ਮਿਲਣ ਚੱਲੇ ਹਾਂ, ਉਹ ਆਏ ਆ ਵੈ, ਆਓ ਹਾਂ ਜ਼ਰਾ ਉਹਦੇ ਕੋਲ ਚੱਲੀਏ। ਇਹ ਜਿਹੜੇ ਭਾਈ ਨਾ, ਇਹ ਬਹੁਤ ਵੱਡੇ ਬਗੈਰਤ ਇਹ ਰੋਜ਼ਾ ਬਣੀ ਰੱਖਦਾ, ਇੱਧਰ ਜਾਣ ਦੇ ਰੋਜ਼ਾ ਬਿਲਕੁਲ ਬਣੀ ਰੱਖਦਾ, ਰੋਜ਼ਿਆਂ ਦੀ ਪਾਸੇ ਜੋਬ ਵੀ ਨਾ। ਇਹ ਅਸੀਂ ਆ ਗਏ ਉਹਨਾਂ ਦੀ ਕਲੋਨੀ, ਇਹ ਵਾਪਸ ਕਲੋਨੀ ਹੈ, ਇਹ ਜੋ ਹੈ ਨਾ ਭਾਈ, ਇਹ ਬਹੁਤ ਬਦਤਮੀਜ਼ ਹੈ, ਪਾਗਲ ਹੈ ਪਾਗਲ, ਇਹ ਹਰ ਟਾਈਮ ਫੁੱਲ ਟਾਈਮ ਨਸ਼ੇ ਮੈਂ, ਇਹ ਯੂਨੀਵਰਸਿਟੀ ਆਫ ਗੁਜਰਾਤ ਪੜ੍ਹਦੇ ਹੈ। ਓ ਮਾਈ ਗੋਡ, ਇਹ 4 ਸਾਲ ਹੋ ਗਏ ਮੈਡਮ ਸੇ ਆ ਕੇ ਜਾ ਹੀ ਨਹੀਂ ਰਹੇ ਹੈ। ਮਾਰੋ ਮੁਝੇ, ਮਾਰੋ ਮਾਰੋ ਮੁਝੇ, ਮਾਰੋ ਮਾਰੋ, ਨਹੀਂ ਇਹ ਮਜ਼ਾਕ ਹੋ ਰਿਹਾ, ਇੱਕ ਸੈਕਿੰਡ ਯਾਰ, ਮਜ਼ਾਕ ਜਾਣਾ, ਇਹਨਾਂ ਦੇ ਜਿਹੜੇ ਹਾਲਾਤ ਨੇ ਐਤਕੀ ਵੀ ਕੋਈ ਨਹੀਂ ਜਾਣਾ, ਐਤਕੀ ਵੀ ਇੱਥੇ ਹੀ ਨੇ।
नहीं रखा मन गया है कहाँ से आते हैं ये देखे भाई जान ये भी आ गए हैं भाई जान मुसलमान मुसलमान भाई हैं आपस में ਐਂ ਖੁਦਕੁਸ਼ੀ ਕਰਨ ਆਇਆ ਵਾ ਮਾਰਾ ਘਰ ਵਾਲਿਆਂ ਤੋਂ ਤੰਗ ਆ ਮੈਂ ਹੈ ਘਰ ਵਾਲੇ ਸਾਡੇ ਤੋਂ ਤੰਗ ਹਨ ਅਸੀਂ ਨਹੀਂ ਘਰ ਨਾ ਤੱਕ ਉਹ ਹਜ਼ਰਾ ਨਹਿਰ ਅਸੀਂ ਆਏ ਹਾਂ ਜ਼ਰਾ ਨਹਿਰ 'ਤੇ ਇਹ ਸਾਡੇ ਭਾਈ ਜਿਹੜੇ ਨੇ ਇਹਨਾਂ ਦਾ ਮੈਂ ਤੁਹਾਨੂੰ ਕਈ ਤਾਰਫ ਕਰਾਵਾਂ ਇਹਨਾਂ ਦਾ ਬੜਾ ਵੱਡਾ ਤਾਰਫ ਹੈ ਇਹਨਾਂ ਦਾ ਤਾਰਫ ਲਫ਼ਜ਼ਾਂ 'ਚ ਬਿਆਨ ਨਹੀਂ ਹੋ ਸਕਦਾ ਇਹਨਾਂ ਵਾਸਤੇ ਲੰਬੀ ਪਰਚੀ ਗਾਨਾ ਲਈ ਹੋਣੀ ਚਾਹੀਦੀ ਆ ਉਹਨਾਂ ਗਾਨਾ ਵਿੱਚ ਇਹਨਾਂ ਦਾ ਤਾਰਫ ਹੋ ਸਕਦਾ ਵਾ ਇਹ ਹੁਣ ਨਹਿਰ 'ਤੇ ਗਏ ਸੀ ਜ਼ਰਾ ਅਤੇ ਹੁਣ ਜਾ ਰਹੇ ਹਾਂ ਵਾਪਸ ਇਹਨੂੰ ਘਰ ਛੱਡਾਂਗੇ ਅਤੇ ਫਿਰ ਅਸੀਂ ਵੀ ਚੱਲਾਂਗੇ ਘਰ ਇਫਤਾਰੀ ਦਾ ਟਾਈਮ ਹੋ ਗਿਆ ਫਿਰ ਅੱਲਾ ਸੁਣਨ ਦੇ ਵਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜ਼ਰਾ ਜਾ ਕੇ ਅਤੇ ਫਿਰ ਹੁਣ ਕੱਲ੍ਹ ਮਿਲਾਂਗੇ ਅਗਲੇ ਵਲੌਗ 'ਤੇ